ਸਤਿ ਸ਼੍ਰੀ ਅਕਾਲ। ਦੇਸ਼ ਵਿਦੇਸ਼ 'ਚ ਪੰਜਾਬ ਟੂਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਡਾਕਟਰ ਰਜਿੰਦਰ ਸਿੰਘ। ਆਓ ਦੇਖਦੇ ਹਾਂ ਅੱਜ ਦੀਆਂ ਕੁਝ ਖਾਸ ਖਾਸ ਖਬਰਾਂ। ਪੰਜਾਬ ਸਰਕਾਰ ਵੱਲੋਂ ਪੂਰੇ ਬੰਦੋਬਸਤ ਦੇ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਨੂੰ ਚਿੱਟਾ ਮੱਛਰ ਰਗੜੇ ਲਾ ਰਿਹਾ ਹੈ। ਇਸੇ ਦੇ ਚੱਲਦੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਿੱਟੇ ਮੱਛਰ ਦੇ ਹਮਲੇ ਦੇ ਕਾਰਨ ਪੈਦਾ ਹੋਏ ਹਾਲਾਤਾਂ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਤੌਰ ਤੇ ਮਾਨਸਾ ਵਿਖੇ ਪੁੱਜੇ। ਮੁੱਖ ਮੰਤਰੀ ਨਾਲ ਸੀਨੀਅਰ ਅਧਿਕਾਰੀ ਵੀ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦੇ ਦਿੱਤੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਬਾਰੇ ਕਿਸੇ ਤਰ੍ਹਾਂ ਦੀ ਵੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਤੇ ਪੁਲਿਸ ਅਥਾਰਟੀ ਨੂੰ ਜਾਲੀ ਕੀਟਨਾਸ਼ਕਾਂ ਦੀ ਵਿਕਰੀ ਦੇ ਵਿਰੁੱਧ ਤਿੱਖੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਤੁਹਾਨੂੰ ਦੱਸ ਦਈਏ ਕਿ ਚਿੱਟੀ ਮੱਖੀ ਦੇ ਟਾਕਰੇ ਲਈ ਕਿਸਾਨਾਂ ਨੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਸੀ, ਪਰ ਇਸ ਦਾ ਕੋਈ ਵੀ ਅਸਰ ਨਹੀਂ ਹੋਇਆ ਹੈ। ਬਾਅਦ ਵਿੱਚ ਕੀਟਨਾਸ਼ਕਾਂ ਦੇ ਸੈਂਪਲ ਭਰੇ ਜਾਣ ਤੇ ਪਤਾ ਲੱਗਾ ਕਿ ਬਹੁਤ ਸਾਰੇ ਕੀਟਨਾਸ਼ਕ ਜਾਲੀ ਹਨ। ਇਸ ਲਈ ਹੀ ਕਿਸਾਨਾਂ ਵੱਲੋਂ ਕੀਟਨਾਸ਼ਕਾਂ ਦਾ ਛਿੜਕਾਅ ਕੀਤੇ ਜਾਣ ਦੇ ਬਾਵਜੂਦ ਵੀ ਚਿੱਟੀ ਮੱਖੀ ਉੱਪਰ ਉਸਦਾ ਕੋਈ ਵੀ ਅਸਰ ਨਹੀਂ ਹੋਇਆ ਹੈ। ਸਰਕਾਰ ਨੇ ਕਿਸਾਨਾਂ ਨੂੰ ਜਾਇਜ਼ ਕੀਟਨਾਸ਼ਕਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਚਿੱਟੀ ਮੱਖੀ 'ਤੇ ਕਾਬੂ ਪਾਇਆ ਜਾ ਸਕੇ। ਕੈਪਟਨ ਨੇ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਮਿਆਰੀ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਵੀ ਸੰਬੰਧਿਤ ਵਿਭਾਗਾਂ ਨੂੰ ਆਖਿਆ ਹੈ, ਕਿਉਂਕਿ ਇਹ ਕਿਸਾਨ ਆਪਣੇ ਕਿੱਤੇ ਨੂੰ ਬਣਾਈ ਰੱਖਣ ਲਈ ਤਿੱਖਾ ਸੰਘਰਸ਼ ਕਰ ਰਹੇ ਹਨ ਅਤੇ ਵੱਡੇ ਕਰਜ਼ੇ ਹੇਠ ਰੀਂਗ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੀ ਬਾਦਲ ਸਰਕਾਰ ਵੇਲੇ ਕਾਂਗਰਸ ਵੱਲੋਂ ਚਿੱਟੀ ਮੱਖੀ ਨੂੰ ਲੈ ਕੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਖੂਬ ਰਗੜੇ ਲਾਏ ਗਏ ਸਨ, ਪਰ ਅੱਜ ਖੁਦ ਕਾਂਗਰਸ ਸਰਕਾਰ ਵੀ ਇਸ ਮਸਲੇ ਵਿੱਚ ਘਿਰਦੀ ਵਿਖਾਈ ਦੇ ਰਹੀ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ। ਸਿਵਲ ਹਸਪਤਾਲ ਗੁਰਦਾਸਪੁਰ 'ਚ ਡਾਕਟਰਾਂ ਤੋਂ ਗਰਭਵਤੀ ਔਰਤ ਦੇ HIV ਪੋਜ਼ਿਟਿਵ ਹੋਣ ਦੀ ਗੱਲ ਲੁਕਾ ਕੇ ਆਸ਼ਾ ਵਰਕਰ ਅਤੇ ਗਰਭਵਤੀ ਔਰਤ ਵੱਲੋਂ ਸਿਵਲ ਹਸਪਤਾਲ ਦੀ 5 ਮੈਂਬਰੀ ਟੀਮ ਕੋਲੋਂ ਡਿਲੀਵਰੀ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮੈਡੀਕਲ ਰਿਪੋਰਟ ਵਿੱਚ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਜਿਸ ਤਰੀਕੇ ਨਾਲ ਔਰਤ ਦਾ ਆਪਰੇਸ਼ਨ ਕੀਤਾ ਗਿਆ ਉਸ ਨਾਲ ਲੱਗ ਰਿਹਾ ਹੈ ਕਿ ਸੰਕ੍ਰਮਣ ਹੋ ਸਕਦਾ ਹੈ। ਫਿਲਹਾਲ ਟੀਮ ਦੇ 5 ਮੈਂਬਰਾਂ ਨੂੰ ਛੁੱਟੀ 'ਤੇ ਭੇਜ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਸੱਲੂਪੁਰ ਚੱਕ ਸ਼ਰੀਫ਼ ਦੀ ਗਰਭਵਤੀ ਔਰਤ HIV ਪੀੜਤ ਸੀ। ਪਹਿਲਾਂ ਹੀ ਉਸਦਾ ਸਿਵਲ ਹਸਪਤਾਲ 'ਚ ਇਲਾਜ ਕਰ ਰਹੇ ਡਾਕਟਰਾਂ ਨੇ ਡਿਲੀਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਔਰਤ ਦੇ ਪਰਿਵਾਰ ਵਾਲਿਆਂ ਅਤੇ ਆਸ਼ਾ ਵਰਕਰ ਨੇ ਮਿਲ ਕੇ ਉਸਨੂੰ ਫਿਰ ਸਿਵਲ ਹਸਪਤਾਲ 'ਚ ਦੂਜੇ ਡਾਕਟਰਾਂ ਕੋਲ ਲੈ ਕੇ ਚਲੇ ਗਏ, ਜਿੱਥੇ ਉਹਨਾਂ ਨੇ ਉਕਤ ਔਰਤ ਦੇ HIV ਪੀੜਤ ਹੋਣ ਦੀ ਗੱਲ ਨਹੀਂ ਦੱਸੀ ਅਤੇ ਨਾ ਹੀ ਪੁਰਾਣੀਆਂ ਰਿਪੋਰਟਾਂ ਵਿਖਾਈਆਂ। ਜਿਸ ਤੋਂ ਬਾਅਦ ਡਾਕਟਰਾਂ ਦੀ 5 ਮੈਂਬਰੀ ਟੀਮ ਨੇ ਉਕਤ ਔਰਤ ਦੀ ਡਿਲੀਵਰੀ ਕਰ ਦਿੱਤੀ, ਪਰ ਡਿਲੀਵਰੀ ਕਰਨ ਤੋਂ ਬਾਅਦ ਡਾਕਟਰਾਂ ਨੂੰ ਉਸ ਔਰਤ ਦੇ HIV ਨਾਲ ਪੀੜਤ ਹੋਣ ਦਾ ਪਤਾ ਲੱਗਿਆ ਹੈ। ਮੇਰੇ ਡਾਕਟਰਸ ਨੇ ਕਿ ਇੱਕ ਇਸ ਤਰ੍ਹਾਂ ਕੇਸ ਸੀ ਜਿਹੜਾ HIV ਪੋਜ਼ਿਟਿਵ ਸੀ ਅਤੇ ਉਹਦਾ ਡਾਕਟਰ ਜੋਤੀ ਕੋਲ ਟ੍ਰੀਟਮੈਂਟ ਚੱਲਦਾ ਸੀ,
ਜਦੋਂ ਉਹਨੇ ਪਹਿਲਾਂ ਤਾਂ ਡਾਕਟਰ ਜੋਤੀ ਕੋਲ ਟ੍ਰੀਟਮੈਂਟ ਚੱਲਦਾ ਸੀ, ਜਿਸ ਵੇਲੇ ਉਹਨੇ ਡਾਕਟਰ ਜੋਤੀ ਨੇ ਉਹਨੂੰ ਦੱਸਿਆ ਕਿ ਤੇਰਾ ਐੱਚ ਆਈ ਵੀ ਪੋਜ਼ਿਟਿਵ ਹੈ, ਸਾਨੂੰ ਸਪੈਸ਼ਲ ਪ੍ਰੀਕੋਸ਼ਨਸ ਵਗੈਰਾ ਲੈਣੇ ਪੈਣੇ ਹੈ, ਕਈ ਵਾਰੀ ਪੇਸ਼ੈਂਟ ਨੂੰ ਅੰਮ੍ਰਿਤਸਰ ਵੀ ਰੈਫਰ ਕਰਨਾ ਪੈ ਜਾਂਦਾ। ਉਹਨੇ ਇਸ ਚੀਜ਼ ਕਰਕੇ ਜਦੋਂ ਨੈਕਸਟ ਡੇ ਉਹਨੂੰ ਪ੍ਰੋਬਲਮ ਸ਼ੁਰੂ ਹੋਈ, ਉਹਨੇ ਡਾਕਟਰ ਕੁਸਮ ਨੂੰ ਬਿਨਾਂ ਦੱਸਿਆ ਆ ਕੇ ਐਡਮਿਟ ਹੋ ਗਈ ਕਿ ਸਾਨੂੰ ਕਿਤੇ ਇਹ ਮਤਲਬ ਵੀ ਇਹ ਰੈਫਰ ਨਾ ਕਰ ਦੇਣ। ਇਸ ਡਰ ਦੇ ਨਾਲ ਜਿਹੜੀ ਆਸ਼ਾ ਵਰਕਰ ਨਾਲ ਸੀ ਉਹਨੂੰ ਪਤਾ ਸੀ ਉਹਨੂੰ ਸਾਡੇ ਨੋਟਿਸ 'ਚ ਲਿਆਉਣਾ ਚਾਹੀਦਾ ਸੀ, ਉਹਨਾਂ ਨੇ ਸਾਡੇ ਨੋਟਿਸ 'ਚ ਨਹੀਂ ਲਿਆਂਦਾ। ਜਿਹੜੀ ਉਹਦੀ ਟੈਸਟਾਂ ਦੀ ਪਰਚੀ ਸੀ ਉੱਥੇ ਐੱਚ ਆਈ ਵੀ ਥਾਂ 'ਤੇ ਐੱਨ ਆਰ ਲਿਖ ਦਿੱਤਾ ਕਿਸੇ ਨੇ, ਇਹਨਾਂ ਨੇ ਆਪ ਹੀ ਇਸ ਤਰ੍ਹਾਂ ਕੋਈ ਮੈਨੀਪੁਲੇਟ ਕਰਕੇ ਨੋਨ ਰਿਐਕਟਬਲ ਲਿਖ ਕੇ ਐੱਚ ਆਈ ਵੀ, ਅਤੇ ਇਹਨਾਂ ਨੇ ਓਪਰੇਟ ਕਰਾ ਲਿਆ। ਜਿਸ ਵੇਲੇ ਓਪਰੇਟ ਕਰਾ ਲਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਐੱਚ ਆਈ ਵੀ ਪੋਜ਼ਿਟਿਵ ਸੀ, ਆਹ ਕੇਸ ਓਪਰੇਟ ਹੋ ਗਿਆ। ਅਸੀਂ ਉਸੇ ਵੇਲੇ ਇਮੀਡੀਏਟਲੀ ਉਸ ਤੋਂ ਬਾਅਦ ਓਪਰੇਸ਼ਨ ਥੀਏਟਰ ਸੀਲ ਕਰਾ ਦਿੱਤਾ। ਸੀਲ ਕਰਾ ਕੇ ਅਸੀਂ ਆਪਣੀ ਜੋ ਪ੍ਰੀਕੋਸ਼ਨ ਲੈਣੀਆਂ ਹੁੰਦੀਆਂ ਉਹ ਅਸੀਂ ਲੈ ਕੇ, ਅਤੇ ਅਸੀਂ ਜਿਹੜੀ ਆ ਉਹਦੀ ਇਨਫੋਰਮੇਸ਼ਨ ਜਿਹੜੀ ਆ ਮੈਂ ਉਸੇ ਵੇਲੇ ਸਿਵਲ ਸਰਵਿਸ ਜਿਹੜੀ ਆ ਦੇ ਦਿੱਤੀ ਉਹਨਾਂ ਨੂੰ। ਅਸੀਂ ਉਹਨਾਂ ਨੇ ਜਿਹੜਾ ਉਹਨਾਂ ਨੇ ਓਪਰੇਟ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅੱਜ ਮੇਰੇ ਜਿਹੜੇ ਇੱਕ ਨੀਡਲ ਪ੍ਰਿਕ ਇੰਜਰੀ ਵੀ ਹੋਈ ਹੈ, ਅਸੀਂ ਉਹਦੇ ਲਈ ਜੋ ਪ੍ਰੀਕੋਸ਼ਨਸ ਲੈਂਦੇ ਹਾਂ ਨੀਡਲ ਪ੍ਰਿਕ ਇੰਜਰੀ, ਅਸੀਂ ਇਮੀਡੀਏਟਲੀ ਆਪਣਾ ਰਿਪੋਰਟਿੰਗ ਸੈਂਟਰ ਆ ਅਸੀਂ ਉੱਥੇ ਰਿਪੋਰਟ ਕਰਦੇ ਹਾਂ, ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ। ਅਸੀਂ ਉਹਨਾਂ ਦਾ ਟ੍ਰੀਟਮੈਂਟ ਵੀ ਉਸੇ ਵੇਲੇ ਸ਼ੁਰੂ ਕਰ ਦਿੱਤਾ। ਸਾਡਾ ਰੂਟੀਨ 'ਚ 5-6 ਸਟਾਫ ਹੁੰਦਾ ਜਿਹੜਾ ਸੀਗਾ ਮੇਨ, ਬਾਕੀ ਇਹ ਵੀ ਨੀਡਲ ਪ੍ਰਿਕ ਹੋਈ ਹੈ ਡਾਕਟਰ ਕੱਲੇ ਡਾਕਟਰ ਕੁਸਮ ਦੇ, ਪਰ ਉਹ ਵੀ ਉਹਨੂੰ ਸ਼ਿਓਰ ਨਹੀਂ ਹੈ ਵੀ ਮਤਲਬ ਵੀ ਕਿਹੜੇ ਉਸੇ ਮਰੀਜ਼ ਦੀ ਹੈ ਜਾਂ ਹੋਰ ਦੀ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀਗਾ ਜਾਂ ਉਹ ਨੀਡਲ ਪ੍ਰਿਕ ਹੋਈ ਹੈ ਹੁਣ ਉਹ ਕਿਸ ਤਰ੍ਹਾਂ ਹੋਈ ਹੈ। ਫਿਰ ਵੀ ਅਸੀਂ ਜੋ ਪ੍ਰੀਕੋਸ਼ਨਸ ਬਣਦੇ ਹਾਂ ਉਹਨਾਂ ਨੂੰ ਐਡਵਾਈਜ਼ ਕਰ ਦਿੱਤਾ, ਉਹਨਾਂ ਨੂੰ ਰੈਸਟ ਵੀ ਕਿਹਾ ਕਿ ਤੁਹਾਡੀ ਰੈਸਟ ਵੀ ਕਰੋ, 4-5 ਦਿਨ ਛੁੱਟੀ ਵੀ ਦੇ ਦਿੱਤੀ ਹੈ, ਅਤੇ ਆਪਣੇ ਟ੍ਰੀਟਮੈਂਟ ਨਾਲ ਉਹਨਾਂ ਦਾ ਪੋਸਟ ਪ੍ਰੋਫਲੈਕਸਿਵ ਟ੍ਰੀਟਮੈਂਟ ਵੀ ਜਿਹੜਾ ਹੁੰਦਾ ਉਹ ਵੀ ਲੈਣਾ, ਅਤੇ ਅਸੀਂ ਇੱਕ ਮਹੀਨੇ ਤੱਕ ਇੱਕ ਸਾਲ ਤੱਕ ਇਹਨਾਂ ਨੂੰ ਅਸੀਂ ਅੰਡਰ ਓਬਜ਼ਰਵੇਸ਼ਨ ਜਿਹੜਾ। ਅਨਗਹਿਲੀ ਇਹ ਆਸ਼ਾ ਵਰਕਰ ਲੈਵਲ 'ਤੇ ਹੈ ਵੀ ਜਿਹੜਾ ਜਦੋਂ ਉਹ ਤਾਂ ਤੁਸੀਂ ਡਾਕਟਰ ਦੇ ਟੈਸਟ ਨੂੰ ਫੋਲੋ ਕਰਨਾ, ਜੇ ਉੱਥੇ ਐੱਚ ਆਈ ਵੀ ਨੋਨ ਰਿਐਕਟਿਵ ਲਿਖ ਦਿੱਤਾ, ਡਾਕਟਰ ਨੂੰ ਨੌਲੇਜ ਨਹੀਂ ਹੈ, ਡਾਕਟਰ ਦੇ ਰੂਟੀਨ ਦੇ ਵਿੱਚ ਆਪਣੀ ਜੋ ਸਰਜਰੀ ਦੀ ਜ਼ਰੂਰਤ ਹੈ ਮਰੀਜ਼ ਨੂੰ ਉਹਨਾਂ ਨੇ ਕਰ ਦੇਣੀ, ਠੀਕ ਹੈ ਨਾ। ਇਹ ਅਨਗਹਿਲੀ ਜਿਹੜੀ ਹੈ ਇਹ ਥੋੜ੍ਹਾ ਜਿਹਾ ਪੇਸ਼ੈਂਟ ਦੇ ਅਟੈਂਡੈਂਟ ਦੇ ਲੈਵਲ ਦੇ ਆ, ਉਹਨਾਂ ਨੇ ਥੋੜ੍ਹਾ ਜਿਹਾ ਚਲਾਕੀ ਵਰਤੀ ਹੈ, ਪਲੱਸ ਨਾਲ ਉਹਨਾਂ ਨੇ ਜਿਹੜੇ ਨਾਲ ਆਸ਼ਾ ਵਰਕਰ ਸੀ ਉਹ ਸਾਡੀ ਵਰਕਰ ਸੀ ਉਹਨੂੰ ਸਾਨੂੰ ਦੱਸਣਾ ਚਾਹੀਦਾ ਸੀ, ਉਹਦੇ ਅਗੇਂਸਟ ਅਸੀਂ ਜਿਹੜਾ ਡੈਫੀਨੇਟਲੀ ਜੋ ਵੀ ਕਰਦੀ ਬਣਦੀ ਕਾਰਵਾਈ ਸਿਵਲ ਸਾਨੂੰ ਅਸੀਂ ਲਿਖ ਕੇ ਉਹਦੇ ਕਰਾਵਾਂਗੇ। ਗੁਰਦਾਸਪੁਰ ਤੋਂ ਪਛੰਬਰ ਬਿੱਟੂ ਦੀ ਰਿਪੋਰਟ, ਪੰਜਾਬ ਟੂਡੇ। ਦੇਸ਼ ਅੰਦਰ ਵਾਲ ਕੱਟਣ ਦੀਆਂ ਘਟਨਾਵਾਂ ਦੇ ਦਹਿਸ਼ਤ ਦੇ ਚੱਲਦਿਆਂ ਜਲੰਧਰ ਦੇ ਲੋਕਾਂ ਨੇ ਇੱਕ ਅਜਿਹਾ ਕੀੜਾ ਫੜਨ ਦਾ ਦਾਅਵਾ ਕੀਤਾ ਹੈ ਕਿ ਜੋ ਵਾਲ ਕੱਟਦਾ ਹੈ। ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਏ ਇਸ ਕੀੜੇ ਦੀ ਫੋਟੋ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਟੋ ਵਾਲੇ ਕੀੜੇ ਦਾ ਨਾਮ ਮੈਕੀ ਹੈ ਅਤੇ ਇਹ ਜਿਸ ਦੇ ਸਿਰ 'ਤੇ ਬੈਠ ਜਾਂਦਾ ਹੈ ਉਸਦੇ ਵਾਲ ਕੱਟ ਦਿੰਦਾ ਹੈ। ਇੰਨਾ ਹੀ ਨਹੀਂ, ਵਾਲ ਕੱਟਣ ਤੋਂ ਬਾਅਦ ਇਹ ਵਿਅਕਤੀ ਨੂੰ ਬੇਹੋਸ਼ ਵੀ ਕਰ ਦਿੰਦਾ ਹੈ। ਬੀਤੇ ਦਿਨ ਜਲੰਧਰ ਦੇ ਪੁਰਾਣੀ ਸਬਜ਼ੀ ਮੰਡੀ ਵਿੱਚ ਡੋਲਫਿਨ ਹੋਟਲ ਦੇ ਨੇੜੇ ਕੁਝ ਲੋਕਾਂ ਨੇ ਇਸ ਤਰ੍ਹਾਂ ਦੇ ਕੀੜੇ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਲੋਕ ਬੇਸ਼ੱਕ ਕੀੜੇ ਨੂੰ ਦਾਅਵੇ ਨਾਲ ਵਾਲ ਕੱਟਣ ਵਾਲਾ ਦੱਸ ਰਹੇ ਹੋਣ, ਪਰ ਅਸਲੀਅਤ ਕੀ ਹੈ ਇਸ ਬਾਰੇ ਹਲੇ ਵੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਕੀੜੇ ਦੇ ਫੜੇ ਜਾਣ ਦੇ ਨਾਲ ਲੋਕਾਂ ਅੰਦਰ ਭੂਤ ਪ੍ਰੇਤ ਅਤੇ ਅੰਧ ਵਿਸ਼ਵਾਸੀ ਗੱਲਾਂ ਦਾ ਰੁਝਾਨ ਕਾਫ਼ੀ ਘੱਟ ਹੋਵੇਗਾ। ਬਿਊਰੋ ਰਿਪੋਰਟ, ਪੰਜਾਬ ਟੂਡੇ।
ਅਸੀਂ ਅੰਦਰ ਆਣ ਕੇ ਕੁਰਸੀ 'ਤੇ ਬੈਠੇ ਹਾਂ ਅਤੇ ਕਹਿਣ ਲੱਗੇ ਵੀ ਕਰ ਦਿਓ ਜੋ ਕੁਛ ਹੈਗਾ ਕਰ ਦਿਓ ਚਾਰ ਜਣੇ ਆਏ ਅੰਦਰ ਅਸੀਂ ਕਿਹਾ ਵੀ ਕਰ ਦਿੰਦੇ ਹਾਂ ਅਤੇ ਉਹ ਚਾਰੇ ਅੱਗੇ ਅਸੀਂ ਲੈਸਰ ਖੜ ਗਏ ਨੇ ਅਤੇ ਕਹਿੰਦੇ ਕਰ ਦਿਓ ਅਤੇ ਉਹਨੇ ਗੋਲੀ ਚਲਾਈ ਅਤੇ ਗੋਲੀ ਜਿਹੜੀ ਉਹ ਮਿਸ ਹੋ ਗਈ ਅਤੇ ਦੂਜੇ ਕਾਕੇ ਨੇ ਸਿੱਧੇ ਹੱਥ ਪਾਇਆ ਉਹਨੇ ਦੂਜੀ ਭਰ ਕੇ ਦੂਜੀ ਚਲਾ ਦਿੱਤੀ ਜਿਹਨੇ ਚਲਾਈ ਕਹਿੰਦੇ ਤਿਜੋਰੀ ਖੋਲ੍ਹੋ ਅਤੇ ਅਸੀਂ ਕਿਹਾ ਖੋਲ੍ਹ ਦਿੰਦੇ ਹਾਂ ਕਿਉਂ ਕਹਿੰਦਾ ਗੱਲੇ 'ਚ ਹੱਥ ਮਾਰਿਆ 48,000 ਕੁ 50,000 ਰੁਪਇਆ ਕੈਸ਼ ਲੈ ਗਏ ਨੇ ਕੋਈ ਚਾਂਦੀ ਸੀ ਸਿੰਘ ਇਲਿਸ ਕਪਤਾਨ ਸਾਨੂੰ ਸੁਰਿੰਦਰ ਸਿੰਘ ਵਾਸੀ ਅੱਡਾ ਚਬਾਲ ਦਾ ਰਹਿਣ ਵਾਲਾ ਸੀ ਅਤੇ ਟਾਂਡੋ ਦੀ ਨਾ ਸੁਨਿਆਰੀ ਦੀ ਦੁਕਾਨ ਸੀ ਉਹਦਾ ਦਾਦਾ ਜਿਹੜਾ ਸੀ ਗੁਰਦੀਪ ਸਿੰਘ ਦੋਵੇਂ ਜਾਣੇ ਜਾ ਕੇ ਖੋਲ੍ਹੀ ਦੁਕਾਨ ਖੋਲ੍ਹੀ ਅਤੇ ਜਾ ਕੇ ਚਾਚੂ ਰਲਾਉਣ ਲੱਗੇ ਅਤੇ ਚਾਰ ਅਣ ਪਛਾਤੇ ਬੰਦੇ ਆ ਕੇ ਇਹਨਾਂ ਦੇ ਦੋ ਪਾਰ ਪਿਸਟਲ ਸੀ ਅਤੇ ਉਹਨਾਂ ਨੇ ਉਹਦੇ ਕੋਲ 48,000 ਰੁਪਇਆ ਲੁੱਟ ਕੇ ਲੈ ਗਿਆ ਅਤੇ ਉਹਦੇ ਗੋਲੀ ਵੀ ਮਾਰੀ ਜਿਹੜੀ ਉਹ ਪੱਟ ਦੇ ਵਿੱਚ ਨਾਲ ਦੀ ਨਾਲ ਨਹੀਂ ਕੋਈ ਸੁਣਗਲ ਨਹੀਂ ਗਾ ਹੋਰ ਕੋਈ ਉਹਨੂੰ ਪੁੱਛਿਆ ਸੋਨਾ ਨਹੀਂ ਗਾ ਲੱਗੇ ਵੈਸੇ ਕੋਈ 48,000 ਰੁਪਇਆ ਲੈ ਕੇ ਫਿਲਹਾਲ ਲਿਆ ਬਾਕੀ ਇਨਵੈਸਟੀਗੇਸ਼ਨ ਜਾ ਰਹੀ ਦੋ ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ ਪੰਜਾਬ ਟੂਡੇ। ਫਰੀਦਕੋਟ 'ਚੋਂ ਵਿਜੀਲੈਂਸ ਵਿਭਾਗ ਨੇ ਪਿੰਡ ਹਰੀਨੌ ਦੇ ਇੱਕ ਕਿਸਾਨ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਇੱਕ ਪਟਵਾਰੀ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ SSP ਜਗਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਪਟਵਾਰੀ ਦੇ ਖਿਲਾਫ਼ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਉਸਨੇ ਜ਼ਮੀਨ ਦੇ ਕਾਗਜ਼ਾਤ ਵਿੱਚ ਕੋਈ ਗਲਤੀ ਜਾਣਬੁੱਝ ਕੇ ਕਰ ਦਿੱਤੀ ਸੀ ਜਿਸ ਦੇ ਵਿੱਚ ਉਹ ਇੱਕ ਕਿਸਾਨ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਿਸਾਨ 8,000 ਰੁਪਏ ਦੇ ਚੁੱਕਾ ਸੀ ਅਤੇ ਹੁਣ ਜਦ ਉਹ 4,000 ਰੁਪਏ ਦੇਣ ਗਿਆ ਤਾਂ ਪਟਵਾਰੀ ਨੂੰ ਮੌਕੇ 'ਤੇ ਉਹਨਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਫਰੀਦਕੋਟ ਯੂਨਿਟ ਦੇ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਪਟਵਾਰੀ ਸੁਖਮਿੰਦਰ ਸਿੰਘ ਹਲਕਾ ਹਰੀਨੌ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ਼ ਸਾਡੇ ਕੋਲ ਸ਼ਿਕਾਇਤ ਸੀ। ਉਹ ਵਿਰਾਸਤ ਦਾ ਇੰਤਕਾਲ ਚੜਾਉਣ ਦੇ ਲਈ ਇੱਕ ਵਿਅਕਤੀ ਗੁਰਜੰਟ ਸਿੰਘ ਪਾਸੋਂ 12,000 ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। 8,000 ਪਹਿਲਾਂ ਰੁਪਇਆ ਉਸਨੂੰ ਕੁਛ ਦਿਨ ਪਹਿਲਾਂ ਉਸਨੂੰ ਲੈ ਲਿਆ ਸੀਗਾ ਅਤੇ 4,000 ਰੁਪਇਆ ਉਸਨੂੰ ਹੋਰ ਲੈਣਾ ਸੀਗਾ। ਉਹ ਉਸਦੀ ਦਾਦੀ ਦਾ ਵਿਰਾਸਤ ਦਾ ਇੰਤਕਾਲ ਸੀ ਜੋ ਦਾਦੀ ਦੇ ਪੜਪੋਤਿਆਂ ਦੇ ਨਾਂ ਦੇ ਉੱਪਰ ਹੋਣਾ ਸੀਗਾ। ਜਦੋਂ ਇਹ ਇੰਤਕਾਲ ਪਹਿਲਾਂ ਦਰਜ ਕੀਤਾ ਗਿਆ ਸੀਗਾ ਉਸ ਵੇਲੇ ਜਾਣ ਬੁੱਝ ਕੇ ਪਟਵਾਰੀ ਵੱਲੋਂ ਇੱਕ ਗਲਤੀ ਰੱਖ ਲਈ ਗਈ ਸੀ। ਕੁਛ ਏਰੀਏ ਦਾ ਘੱਟ ਇੰਤਕਾਲ ਚੜਾਇਆ ਗਿਆ ਸੀਗਾ। ਉਸ ਦੀ ਦਰੁਸਤੀ ਵਾਸਤੇ ਗੁਰਜੰਟ ਸਿੰਘ ਵਾਰ ਵਾਰ ਇਹਦੇ ਕੋਲ ਗੇੜੇ ਮਾਰ ਰਿਹਾ ਸੀਗਾ ਜਿਸ ਲਈ ਉਸਨੇ 8,000 ਰੁਪਏ ਪਹਿਲਾਂ ਲੈ ਲਏ ਸੀਗੇ ਅਤੇ 4,000 ਰੁਪਏ ਦੀ ਹੋਰ ਮੰਗ ਕਰ ਰਿਹਾ ਸੀਗਾ। ਕੱਲ੍ਹ ਫਿਰ ਉਹ 4,000 ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀ ਫੜਿਆ ਗਿਆ। ਸਰ ਇਹਦੇ ਜਿਹੜਾ FIR ਵਿੱਚ ਮੈਂਸ਼ਨ ਆਇਆ ਕਿ ਇੱਕ ਤਹਿਸੀਲਦਾਰ ਦੇ ਨਾਮ 'ਤੇ ਉਹਨੇ ਉਹ ਲਿਖੀ ਹੈ ਅਤੇ ਕੀ ਇਹ 'ਚ ਤਹਿਸੀਲਦਾਰ ਵੀ ਇਹ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਚੈੱਕ ਕਰਾਂਗੇ ਵੀ ਆਇਆ ਤਹਿਸੀਲਦਾਰ ਦਾ ਵੀ ਉਹਦੇ ਵਿੱਚ ਕੋਈ ਰੋਲ ਹੈ ਜਾਂ ਨਹੀਂ ਹੈ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ।
ਫੜੇ ਨੇ। ਇਹ ਹੀਰੋਇਨ ਦਾ ਸੇਵਨ ਵੀ ਕਰਦੇ ਆ ਅਤੇ ਵੇਚਦੇ ਵੀ ਆ। ਇਹ ਦੋ ਭਰਾ ਨੇ ਕੁਲਦੀਪ ਸਿੰਘ ਅਤੇ ਰਣਜੀਤ ਸਿੰਘ, ਇਹਨਾਂ ਨੂੰ 7 ਗ੍ਰਾਮ ਰਿਕਵਰੀ ਕੀਤੀ ਹੈ। ਇਹ ਅਸੀਂ ਦਵਿੰਦਰ ਸਿੰਘ ਦੀ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ। ਆ ਦੋਨੋਂ ਸੱਗੇ ਭਰਾ ਨੇ, ਇਹ ਦਸ਼ਮੇਸ਼ ਨਗਰ ਨੇੜੇ ਜੋੜਾ ਫਾਟ। ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਦੋਵਾਂ ਦੇ ਪਰਚਾ ਦਰਜ ਆ। ਇਹ ਜ਼ਿਆਦਾਤਰ ਆਪਣਾ ਜਲੰਧਰ ਤੋਂ ਕਹਿੰਦੇ ਸਾਨੂੰ ਕੋਈ ਬੰਦਾ ਦੇ ਦਿੰਦਾ ਸੀ ਆਣ ਕੇ, ਉਹਦਾ ਮੁਕੰਮਲ ਐਡਰੈਸ ਦਿੱਤਾ। ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ, ਅੱਗੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।